की हाल चाल ते सारे सारे का स्वागत है साढ़े यूट्यूब चैनल गुरसीरत चीमा से। सो गाइज की हाल चाल कि ठीक ठाक हो, उम्मीद करते हैं सारे ठीक ठाक ही होवोंगे। सो अज पूरी रौनक लगे हुई ने, बल्ले बल्ले हुई पई। अज साडिया दोवें सिस्टर आई ने, गुरसीरत गुरफतेह की भूआ हरी, वड्डे भी छोटे भी। सो आप सारे ना मिलाने हूँ। सो गाइज हम मिलाने तू अपनी सिस्टर नाल। सब तो पहला ਸਾਡੇ ਵੱਡੇ ਭੈਣ ਜੀ ਦਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਕਰੋ ਜੀ ਸਾਰਿਆਂ ਨੂੰ, ਸਰਮਾਉਣਾ ਸਤਿ ਸ਼੍ਰੀ ਅਕਾਲ ਕਰੋ। ਇਹ ਸਾਡੀ ਛੋਟੀ ਸਿਸਟਰ ਨਰਿੰਦਰ ਕੌਰ ਅਤੇ ਸਹਿਜਪ੍ਰੀਤ ਸਿੰਘ, ਛੋਟੀ ਸਿਸਟਰ ਉਹਨਾਂ ਦਾ ਕਾਕਾ। ਵੱਡੀ ਦੀਦੀ ਤਾਂ ਤੁਹਾਨੂੰ ਪਤਾ ਹੀ ਹੈ, ਜਸਪ੍ਰੀਤ ਸਿੰਘ ਜੀ ਗਏ ਨੇ ਕਨੇਡਾ। ਅਤੇ ਇਹਨੂੰ ਤੁਸੀਂ ਜਾਣਦੇ ਹੋ, ਇਸ ਸ਼ੈਤਾਨ ਬੱਚੇ ਨੂੰ ਕੌਣ ਹੈ, ਹੈਂਡਸਮ ਬੋਏ ਕੌਣ ਹੈ ਦੱਸੋ। ਇਸ ਸ਼ੈਤਾਨ ਖਤਰਨਾਕ ਚਿਹਰੇ ਕੋ ਪਹਿਚਾਨਤੇ ਹੈ ਕਿਆ ਆਪ? ਗੁਰਫਤਿਹ ਸਿੰਘ ਐਨਕਾਂ ਬੜੀਆਂ ਸੋਹਣੀਆਂ ਲਾਈਆਂ ਫਤਿਹ। ਸਹੀ ਮਿਲ ਗਈਆਂ ਕਹਿੰਦਾ 100 ਰੁਪਏ ਦੀਆਂ, ਵੈਰੀ ਗੁੱਡ, ਸਸਤੀਆਂ ਮਿਲ ਗਈਆਂ, ਠੀਕ ਗੱਲ ਹੈ। ਅਤੇ ਇਹ ਨੇ ਸਾਡੇ ਵੱਡੇ ਭਾਅ ਜੀ ਯਸ਼ ਦੇ ਪਾਪਾ, ਅਤੇ ਗਗਨ ਛੋਟੇ ਭਾਅ ਜੀ ਸਹਿਜ ਦੇ ਪਾਪਾ, ਅਤੇ ਇਹ ਸ਼ੈਤਾਨ ਖਤਰਨਾਕ ਗੋਲੂ ਬੱਚਾ ਗੁਰਸੀਰਤ ਕੌਰ ਚੀਮਾ ਜੀ। ਸਤਿ ਸ਼੍ਰੀ ਅਕਾਲ ਕਰੋ ਸਾਰੇ ਬਾਈ। ਦੋ ਦਿਨ ਹੋ ਗਏ ਨੇ ਆਏ ਹੋਏ ਨੇ ਦੀਦੀ ਹਰੀ, ਪਰ ਟਾਈਮ ਨਹੀਂ ਲੱਗ ਰਿਹਾ ਸੀ ਸਾਨੂੰ ਗੱਲਬਾਤ 'ਚ, ਆਪਾਂ ਇੰਨੇ ਬਿਜ਼ੀ ਸੀ, ਮੌਜ ਮਸਤੀ ਕਰ ਰਹੇ ਸੀ, ਇੰਜੋਏ ਕਰ ਰਹੀ ਸਾਰੀ ਫੈਮਲੀ, ਹੈ ਨਾ। ਸੋ ਅੱਜ ਫਿਰ ਸੋਚਿਆ ਵੀ ਚਲੋ, ਕਾਫੀ ਕਮੈਂਟ ਸੀਗੇ ਵੀ ਸਹਿਜ ਹਰਾਂ ਨਾਲ ਵੀ ਮਿਲਾਓ ਵੱਡੇ ਦੀਦੀ ਹਰਾਂ ਨਾਲ ਵੀ। ਸੋ ਅੱਜ ਇਸ ਕਰਕੇ ਫਿਰ ਵਲੋਗ ਸ਼ੂਟ ਕਰ ਰਹੇ ਹਾਂ ਤੁਹਾਨੂੰ ਆਪਣੀ ਫੈਮਲੀ ਨਾਲ। ਆ ਸਾਡੀ ਛੋਟੀ ਜਿਹੀ ਫੈਮਲੀ, ਅਤੇ ਇੱਧਰ ਇਹਨਾਂ ਨੂੰ ਤੁਸੀਂ ਜਾਣਦੇ ਹੋ ਕੌਣ ਕੌਣ ਹੋ ਤੁਸੀਂ? ਮਨਿੰਦਰਜੀਤ ਕੌਰ। ਅਤੇ ਉੱਧਰ ਸਾਡੇ ਮਾਤਾ ਜੀ ਹਨੇਰੇ 'ਚ ਲੱਗੇ ਹੋਏ ਨੇ ਜਾ ਕੇ ਕਿਚਨ ਦੇ ਵਿੱਚ। ਸੋ ਸਾਡੇ ਦੋਵੇਂ ਬੱਚਿਆਂ ਨੂੰ ਅਸੀਂ ਬੜੂ ਸਾਹਿਬ ਛੱਡਣ ਜਾ ਰਹੇ ਹਾਂ, ਕਿਉਂਕਿ ਇਹ ਸ਼ਰਾਰਤਾਂ ਕਰਦੇ ਨੇ ਫਤਿਹ ਦੇ ਸਹਿਜ ਬਹੁਤ ਜ਼ਿਆਦਾ। ਸੋ ਬੜੂ ਸਾਹਿਬ ਅਕੈਡਮੀ ਦੇ ਵਿੱਚ ਇਹਨਾਂ ਨੂੰ ਪੜ੍ਹਾਉਣਾ ਆਪਾਂ ਉੱਥੇ। ਅੱਛਾ, ਜੇ ਆਪਾਂ ਤੁਹਾਨੂੰ ਰਾਜੀ ਹਾਂ ਦੋਵਾਂ ਨੂੰ ਬੜੂ ਸਾਹਿਬ ਭੇਜਣੇ, ਫਿਰ ਅਸੀਂ ਦੋਵੇਂ ਹੈਂਡਸ ਅਪ ਕਰੀਏ। ਅੱਛਾ, ਅਤੇ ਜੇ ਨਹੀਂ ਰਾਜੀ ਆਪਾਂ ਤੁਹਾਨੂੰ ਫਿਰ ਸਿੰਗਲ ਹੈਂਡ। ਓਕੇ, ਚਲੋ ਜੀ ਹੁਣ ਆਪਾਂ ਵੋਟ ਕਰਾਂਗੇ, ਆਪਾਂ ਵੋਟ ਵੇਖਦੇ ਹਾਂ। ਸੋ ਸਭ ਤੋਂ ਪਹਿਲਾਂ ਫਤਿਹ ਦਾ ਹੈ। ਸੋ ਗਾਈਜ਼ ਦਾ ਮੈਂ 3 ਕਰਾਂਗਾ ਕਾਊਂਟ, ਅਤੇ ਤੁਸੀਂ ਹੱਥ ਖੜੇ ਕਰਕੇ ਜਿਹੜਾ ਜਿਹੜਾ ਵੀ ਰਾਜੀ, ਇੱਕ ਮਿੰਟ ਸੀਰ, ਜਿਹੜਾ ਜਿਹੜਾ ਤੁਹਾਡੇ 'ਚੋਂ ਰਾਜੀ, ਭਾਅ ਜੀ ਦੀਦੀ ਹਰੀ ਸਾਰੇ ਬੱਚੇ ਮਨਿੰਦਰ ਮੰਮੀ ਵੀ, ਜਿਹੜਾ ਜਿਹੜਾ ਰਾਜੀ ਇਹਨਾਂ ਨੂੰ ਬੜੂ ਸਾਹਿਬ ਭੇਜਣੇ, ਉਹ ਦੋਵੇਂ ਹੱਥ ਉੱਤੇ ਖੜੇ ਕਰ ਦੇਵੇਗਾ, ਅਤੇ ਜਿਹੜਾ ਨਹੀਂ ਰਾਜੀ ਉਹ ਸਿੰਗਲ ਹੈਂਡ ਕਰੇਗਾ, ਅਤੇ ਉਹ ਵੋਟਾਂ ਦੇ ਅਕੋਰਡਿੰਗ ਆਪਾਂ ਇਹਨਾਂ ਨੂੰ ਫਿਰ ਬੜੂ ਸਾਹਿਬ ਅਕੈਡਮੀ ਦੇ ਵਿੱਚ ਛੱਡਣ ਜਾਵਾਂਗੇ ਕਿ ਨਹੀਂ ਜਾਵਾਂਗੇ ਉਹ ਦੱਸ ਨਹੀਂ। ਸਾਰੀ ਫੈਮਲੀ ਕਰ ਲੱਗੇ ਵੋਟ ਫਤਿਹ 'ਤੇ, ਪਹਿਲਾਂ ਫਤਿਹ ਵਾਸਤੇ ਕਰਾਂਗੇ ਵੀ ਫਤਿਹ ਨੂੰ ਬੜੂ ਸਾਹਿਬ ਭੇਜਣਾ, ਘਰ ਰੱਖਣਾ। ਚਲੋ ਅਸੀਂ ਸਟਾਰਟ ਕਰੋ ਕਾਊਂਟ। ਹੁਣ ਮੈਂ 1 by 1 ਪਹਿਲਾਂ ਚੈੱਕ ਕਰਾਂਗਾ, ਗਗਨ ਦਾ ਵੀ, ਭਾਅ ਜੀ ਬੰਟੀ ਭਾਅ ਜੀ ਵੀ, ਸੀਰਤ ਦੇ ਵੀ, ਹਫਸ ਨੇ, ਦੀਦੀ ਹਰਾਂ ਦੇ ਵੀ, ਫਤਿਹ ਨੇ ਧੱਕੇ ਨਾਲ ਥੱਲੇ ਕੀਤਾ। ਸੋ ਇਸ ਕਰਕੇ ਕੁੱਲ ਮਿਲਾ ਕੇ ਜ਼ਿਆਦਾ ਵੋਟਾਂ ਨੇ, ਮੇਰੇ ਵੀ ਦੋਵੇਂ ਹੱਥ ਉੱਤੇ ਹੀ ਨੇ। ਸੋ ਫਤਿਹ ਜਾਏਗਾ ਬੜੂ ਸਾਹਿਬ ਅਕੈਡਮੀ, ਅਤੇ ਵੈਰੀ ਗੁੱਡ, ਕਲੈਪ ਕਰੋ। ਚਲੋ ਜੀ ਹੁਣ ਪਾਸ ਹੋ ਗਿਆ, ਤੁਹਾਡੀ ਪੈਕਿੰਗ ਕਰ, ਚੱਲ ਅੰਦਰ, ਸ਼ਾਬਾਸ਼। ਹੁਣ ਨੰਬਰ ਆ ਗਿਆ ਫਤਿਹ ਦਾ, ਸੋਰੀ ਸਹਿਜ ਦਾ। ਚਲੋ ਜੀ, ਚਲੋ ਸਹਿਜ ਵਾਸਤੇ ਵੋਟਿੰਗ ਸਟਾਰਟ ਹੋਵੇ ਜੀ। ਲੈਟ ਮੀ ਚੈੱਕ। ਲਓ ਜੀ, ਉਹ 100% ਸਹਿਜ ਆਪਣੇ ਆਪ ਤਿਆਰ, ਇਹਨੇ ਆਪਣੇ ਵੀ ਹੈਂਡਸ ਅਪ ਕਰ ਲਏ ਨੇ। ਸੋ ਇਹਨੇ ਵੀ ਜਾਣਾ ਬੜੂ ਸਾਹਿਬ, ਅਤੇ ਹੁਣ ਦੋਵੇਂ ਬੱਚੇ, ਵੈਰੀ ਗੁੱਡ। ਚਲੋ ਚਲੋ ਆਪਣੀ ਪੈਕਿੰਗ ਕਰੋ, ਬਹੁਤ ਸੋਹਣੇ ਬੱਚੇ ਨੇ ਇਹਨਾਂ ਦੋਵਾਂ ਨੇ। ਇਹਨਾਂ ਦੋਵਾਂ ਨੇ ਇੰਨੀ ਕੁ ਖੱਪ ਪਾਈ ਸੀ ਕਿ ਇਹਨਾਂ ਨੇ ਸਾਡਾ ਲਹੂ ਪੀਤਾ। ਅਸੀਂ ਜਾਣ ਕੇ ਕਰਨ ਦੇ, ਅਸੀਂ ਸੱਚੀ ਨਹੀਂ ਛੱਲੇ, ਅਸੀਂ ਉਹਨਾਂ ਨੂੰ ਡਰਾਉਣ ਵਾਸਤੇ ਉਹਨਾਂ ਨੇ ਜਿੱਦਣ ਦੇ ਪੂਜੇ ਹੋ ਰਿਹਾ ਉੱਦਾਂ ਦੀ ਖੱਪ ਪਾਈ ਉਹਨਾਂ ਨੇ। ਲਾੜ ਲਾੜ ਕੇ ਇਹਨਾਂ ਨੇ ਬੜਾ ਬੁਰਾ ਹਾਲ ਕੀਤਾ ਤੁਹਾਨੂੰ। ਉਹ ਜਿਹੜੀ ਇਹਨੇ ਮਾਰ ਕਟਾਈ ਵਾਲਿਆ, ਉਹ ਵੀ ਮੈਂ ਬਣਾ ਸ਼ੂਟ ਕੀਤਾ ਹੋਇਆ ਸੀ। ਸ਼ਰਾਰਤੀਆਂ ਨੂੰ ਇਹਨਾਂ ਨੇ ਖੱਪ ਪਾਈ ਹੈ, ਸਹਿਜ ਸਿਆਣੇ ਬਣ ਜਾਓ ਤੁਸੀਂ। ਸੀਰਤ, ਸੀਰਤ ਕੀ ਕਰਦੇ ਪਏ ਨੇ? ਇਹਨੇ ਸੀਰਤ ਦਾ ਜੀਣਾ ਆਰਾਮ ਕੀਤਾ ਦੋਵਾਂ ਨੇ। ਫਤਿਹ ਸਿਆਣੇ ਬਣ ਜਾਓ, ਬਸ ਕਰੋ। ਇੱਧਰ ਬਾਹਰ ਆਓ, ਬਾਹਰ ਆਓ, ਬਾਹਰ ਆਓ, ਇੱਧਰ ਇੱਧਰ ਬਾਹਰ ਆਓ। ਕੀ ਪ੍ਰੋਬਲਮ, ਕੀ ਤੁਹਾਨੂੰ? ਇਹਨਾਂ ਦੋਵਾਂ ਨੇ ਸੀਰਤ ਦਾ ਜੀਣਾ ਆਰਾਮ ਕੀਤਾ, ਦੋਵੇਂ ਰਲ ਕੇ ਕੁੱਟਦੇ ਪਏ ਨੇ, ਅਤੇ ਸੀਰਤ ਦੇ ਹੱਥੇ ਚੜ੍ਹ ਗਏ, ਅਤੇ ਇਹਨਾਂ ਦਾ ਇਹਨੇ ਬਣਾ ਦੇਣਾ ਮੋਰ। ਸਹਿਜ 6 ਵੱਜੇਗੀ ਬੇਟਾ। ਸੀਰਤ ਇਹਨਾਂ ਨੂੰ ਫੰਡ ਹਾਂ ਚੰਗੀ ਤਰ੍ਹਾਂ, ਤਸੱਲੀ ਕਰਾ, ਤੋੜ 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 ਦੇ, ਡੁੱਗ ਦੇ, ਕੰਡ 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 ਧਰ ਦੇ, ਕੰਡ 'ਚ ਦੋਵੇਂ ਪੈ ਗਏ ਸੀਰਤ ਨੂੰ, ਉਹ ਮਾਰ ਛੱਡਿਆ ਸੀਰਤ ਨੂੰ। ਸੀਰਤ ਸ਼ਾਬਾਸ਼, ਸੀਰਤ ਸ਼ਾਬਾਸ਼, ਨਿਕਲ ਮੈਂ ਥੱਲੋਂ ਤੋੜ ਇਹਨਾਂ ਨੂੰ।
ਉਹ ਮਾਰ ਦਿੱਤਾ ਸੀਰ ਨੂੰ ਤੇ ਸੀਰਤ ਖੜੀ ਹੋ ਕੇ ਤੇ ਇਹਨਾਂ ਨੂੰ ਪੂਰੀ ਤਰ੍ਹਾਂ ਤੋੜ ਇਹਨਾਂ ਨੂੰ ਐਵੇਂ ਨੀ ਗੱਲ ਬਣਨੀ ਇਹਨੂੰ ਥੱਲੇ ਸੱਟ ਲੈ ਸੱਟ ਇਹਨੂੰ ਥੱਲੇ ਤੋੜ ਇਹਨੂੰ ਤੋੜ ਤੋੜ ਇਹਨੂੰ ਦੋਵੇਂ ਮਾਰਦੇ ਲੱਗੇ ਸੀਰਤ ਦਾ ਤੇ ਨਾਸ ਮਾਰ ਦਿੱਤਾ ਇਹਨਾਂ ਨੇ ਕੱਲ ਦਾ ਸੀਰਤ ਨੂੰ ਤੇ ਕੁੱਟ ਕੁੱਟ ਕੇ ਬਿੱਜੂ ਬਣਾ ਦਿੱਤਾ ਸੀਰਤ ਦਾ ਇਹਨਾਂ ਨੇ ਧਰ 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 ਦੋ ਤਿੰਨ ਹੋ ਸੀਰ ਦੇ ਹੋ ਗਏ ਦੋ ਤਿੰਨ ਜੁੱਤੀਆਂ ਖਾਲੀਆਂ ਨੇ ਨਾ ਇਹਨਾਂ ਨੇ ਇਹਨਾਂ ਨੂੰ ਸ਼ਰਮ ਬੜੇ ਨੇ ਤਰ ਤਾਂ ਦੋ ਤਿੰਨ ਠੋਕ 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 ਸਿਰ ਦੇ ਫਤਿਹ ਦੇ ਫਤਿਹ ਦੇ ਦੋ ਤਿੰਨ ਛੱਡ ਚੰਗੇ 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 ਧਾਰ ਹੋਰ ਦੋ ਤਿੰਨ ਧਾਰ ਉਹਦੇ ਵੀ ਧਾਰ ਉਹਦੇ ਵੀ ਧਾਰ ਧਾਰ ਉਹਦੇ ਧਾਰ ਇਹ ਕੰਨ ਨਾ ਕਾਂਡੇ ਸਿਰ ਕਾਂਡੇ ਮੁੱਕੇ ਬਸ ਮੁੱਕੇ ਹਾਂ ਕਾਂਡੇ ਕਾਂਡੇ ਠੋਕ ਸਨਰੂਫ ਤੇ ਕਿਉਂ ਨੀ ਜਾਣਾ ਇਹਨਾਂ ਨੂੰ ਬੜਾ ਸ਼ੌਂਕ ਹੈ ਸਨਰੂਫ ਦਾ ਨਹੀਂ ਨਹੀਂ ਤੂੰ ਆਪਣੇ ਮਾਸੜ ਆਰਾਮ ਨਾਲ ਬਹਿ ਜਾਓ ਮੈਂ ਪਿੱਛੇ ਬੰਗ ਤੇਰੇ ਨਾਲ ਚੱਲ ਇਹਨਾਂ ਦਾ ਹਾਲ ਵੇਖੋ ਇਹ ਕੰਮ ਨਹੀਂ ਲੜੀ ਬੜੂ ਸਾਹਿਬ ਫਤਿਹ ਆ ਜਾ ਹਜੇ ਕਿੱਥੇ ਕਿੱਥੇ ਜਲ ਜਲ ਬੜੂ ਸਾਹਿਬ ਜਲਦੀ ਬਹਿ ਇੱਧਰ ਭਾਜੀ ਉਹ ਇੱਕ ਕਹਿੰਦਾ ਮੇਰੇ ਘਰ ਜਾਣਾ ਮੈਂ ਕਹਿੰਦੀ ਬੜੂ ਸਾਹਿਬ ਭੱਜ ਗਿਆ ਉਹ ਚਲੋ ਚਲੋ ਸਾਹਿਬ ਆ ਬੜੂ ਸਾਹਿਬ ਇਹਨਾਂ ਦੇ ਬੈਗ ਕਿੱਥੇ ਨੇ ਚਲੋ 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 ਸੀਰਤ ਮਰੇਗੀ ਦੇਖ ਕੇ ਤੂੰ ਹੱਥ ਪਾਇਆ ਨਾ ਗੁਰਫਤਿਹ ਸਿੰਘ ਰੋ ਰਿਹਾ ਵਿਚਾਰਾ ਇਹਨੂੰ ਕਿਹਾ ਸੀ ਵੀ ਆਪਾਂ ਖਲੋਣਾ ਇਹ ਕਹਿੰਦਾ ਮੈਂ ਇਕੱਲੇ ਨੇ ਖਲੋਣਾ ਜਿੱਦੀ ਹੈ ਇਹ ਕਹਿੰਦਾ ਮੈਂ ਇਕੱਲੇ ਨੇ ਖਲੋਣਾ ਹਵਾ ਹੁਣ ਮੌਸਮ ਹੋ ਗਿਆ ਠੰਡਾ ਠੰਡੀ ਠੰਡੀ ਹਵਾ ਐਨ ਪਹਾੜਾਂ ਵਾਲੀ ਫੀਲਿੰਗ ਆ ਰਹੀ ਹੈ ਜਿਵੇਂ ਪਹਾੜਾਂ 'ਚ ਹੁੰਦਾ ਨਾ ਸੇਮ ਉੱਦਾਂ ਦੀ ਫੀਲਿੰਗ ਤੂੰ ਚੜ ਜਾਣਾ ਆਪਾਂ ਤਿੰਨ ਜਣੇ ਕੀ ਪਲਾਨ ਬਣਾਉਂਦੇ ਬਤਾਓ ਜਣੇ ਕੁਛ ਨਹੀਂ ਹੈ ਕੁਛ ਨਹੀਂ ਕਹਿੰਦੇ ਮੈਂ ਇੱਥੇ ਚੜ ਜਾਵਾਂ ਤੇ ਬਹਿ ਨਹੀਂ ਸਕਦੀ ਜਦੋਂ ਫਟਾ ਚੜੇਗਾ ਸੀਰਤ ਬੇਟਾ ਹੁਣ ਉਹਦਾ ਨੰਬਰ ਏ ਉਹ ਬਏਗਾ ਹੁਣ ਉਹਨੇ ਤੇ ਚਾਰੇ ਪਾਸੇ ਜੰਗਲ ਜੰਗਲ ਬਹੁਤ ਮਜ਼ਾ ਆਉਂਦਾ ਤਾਜ਼ੀ ਹਵਾ ਠੰਡੀ ਹਵਾ ਬਹੁਤ ਸੋਹਣਾ ਮੌਸਮ ਹੈ ਆਰਮੀ ਏਰੀਆ ਅੱਗੇ ਨਾ ਫਿਰ ਇਸ ਕਰਕੇ ਜਾਣ ਨਹੀਂ ਦਿੰਦੇ ਸਾਰੇ ਪਾਸੇ ਸੀਰਤ ਵੇਲਾ ਹੁਣ ਤੂੰ ਕੁੱਟ ਪੈਣੀ ਤੈਨੂੰ ਫਤਿਹ ਪਹਿਲਾਂ ਸਮਾਈਲ ਕਰ ਪਹਿਲਾਂ ਸਮਾਈਲ ਕਰ ਮੇਰੇ ਬੱਚੇ ਸਮਾਈਲ ਕਰ ਛੋਣੀ ਸਮਾਈਲ ਕਰ ਹੱਸੋ ਹੱਸੋ ਮੇਰਾ ਬੱਚੂ ਐਵੇਂ ਲੜੀ ਦਾ ਨਹੀਂ ਹੁੰਦਾ ਸੋਹਣੇ ਗੁੱਡ ਬੇਬੀ ਬਣੀ ਦਾ ਤੂੰ ਐਂ ਲੜ ਲੜ ਕੇ ਕੰਬਲੇ ਨਹੀਂ ਮਾਰਦੀ ਸੀਰਤ ਆਰਾਮ ਨਾਲ ਬਈ ਦੇ ਬੇਟਾ ਪਤਾ ਨਹੀਂ ਕੀ ਬੋਲੀ ਜਾਂਦਾ ਮਜ਼ਾ ਆ ਰਿਹਾ ਮੈਂ ਵੀ ਇਹਨਾਂ ਦੇ ਨਾਲ ਉੱਤੇ ਬਹਿ ਗਿਆ ਹੁਣ ਮੈਂ ਮੈਂ ਵੀ ਚਿੱਲ ਕਰ ਰਿਹਾ ਇਹਨਾਂ ਦੇ ਨਾਲ ਬੜਾ ਮਜ਼ਾ ਆ ਰਿਹਾ ਹਵਾ ਦੇ ਵਿੱਚ ਤਾਜ਼ੀ ਹਵਾ ਠੰਡੀ ਹਵਾ ਬਟ ਮੈਂ ਅੰਦਰੋਂ ਹੈਂਡਲ ਫੜਿਆ ਮਜ਼ਬੂਤੀ ਨਾਲ ਪੱਕਾ ਕੰਮ ਕੀਤਾ ਗੱਡੀ ਬਿਲਕੁਲ ਸਲੋ ਸਪੀਡ ਦੇ ਵਿੱਚ ਕਰਕੇ ਮੈਂ ਬੈਠਾ ਐਵੇਂ ਕਰਨਾ ਨਹੀਂ ਚਾਹੀਦਾ ਬਟ ਬਹੁਤ ਸਲੋ ਸਪੀਡ ਦੇ ਵਿੱਚ ਥੋੜਾ ਸੀਰਤ ਕਰਕੇ ਮੈਂ ਬੈਠਾ ਵੀ ਉੱਤੋਂ ਰੇਡ ਨਾ ਜਾਏ ਕਿ ਨਹੀਂ 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 ਸੋ ਕਿਵੇਂ ਫਤਿਹ ਚਿੱਲ ਖੁਸ਼ ਹੋਣ ਹੈ ਕਿੰਨੇ ਖੁਸ਼ ਹੋ ਬੜੇ ਖੁਸ਼ ਹੋ ਸ਼ਰਾਬ ਦੀ ਤਤਵ ਨਾ ਆਉਣ ਤੇ ਸਨੈਪੀ ਤੈਨੂੰ ਕਹਿੰਦਾ ਸਨੈਪੀ ਸਨੈਪੀ ਚੈਪੋ ਚੈਪੋ ਕੀ ਕਰਦੀ ਪਿੱਛੇ ਕੋਕੜੋ ਕੀ ਕਰਦੀ ਸੀ ਗੁਗਰੀ ਗੁਗਰੀ ਇੱਧਰ ਦੇਖੋ ਆਈ ਨਹੀਂ ਮੇਰੀ ਗੁਗਰੀ 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 ਸੀ ਗੁਗਰੀ ਸੀ ਗੁਗਰੀ ਸੀ ਹਾਂ ਕੀ ਗੱਲ ਜੀ ਚਾਚੀ ਕੀ ਕਰੋ ਸਾਰਿਆਂ ਨੂੰ ਓਏ ਜੋ ਵੀ ਲੰਚ ਹੋ ਗਿਆ ਰੇਡੀ ਸ਼ਕੀ ਹੈ ਵੀ ਲੰਚ ਆ ਜਾਓ ਫਟਾਫਟ
ਆ ਜਾਓ ਸਾਰੇ ਮੱਖੀਆਂ ਨੇ ਸਾਡਾ ਜੀਣਾ ਆਰਾਮ ਕਰ ਦਿੱਤਾ ਬਹੁਤ ਮੱਖੀਆਂ ਨੇ ਸੀਰੀਅਸ ਫੋਨ ਨੂੰ ਕੀ ਕਰਨਾ ਮੈਂ ਚੱਲ ਫਿਰ ਤੁਹਾਨੂੰ ਇੱਕ ਖੁਸ਼ੀ ਮਿਲੀ ਅੱਜ ਅਸੀਂ ਬੜਾ ਸਾਹ ਨਹੀਂ ਚੱਲੇ ਕਾਦੀ ਖੁਸ਼ੀ ਮਿਲੀ ਹੈ ਨਹੀਂ ਚੱਲੇ ਸੀ ਬੜਾ ਸਾਹ ਬੜ ਕਿਨੇ ਕਿਆ ਨਹੀਂ ਚੱਲੇ ਆਪਾਂ ਰੇੜੀਆਂ ਸੋ ਬੜੂ ਸਾਹਿਬ ਦੀ ਯਾਤਰਾ ਕਰਾਂਗੇ ਅਸੀਂ ਦੋ ਦਿਨ ਪਹਾੜਾਂ ਦੇ ਵਿੱਚ ਇੰਜੋਏ ਕਰਾਂਗੇ ਪੂਰਾ ਸਹਿਜ ਤਿਆਰ ਹੈ ਬੜੂ ਸਾਹਿਬ ਜਾਣ ਲਈ ਪੂਰੀ ਤਰ੍ਹਾਂ ਐਨਕਾਂ ਨੂੰ ਇਹਨੇ ਸਾਫ਼ ਕਰ ਲਿਆ ਆਪਣੀ ਪਟਕਾ ਵੀ ਸੈੱਟ ਕਰ ਲਿਆ ਅਤੇ ਹੁਣ ਆਪਾਂ ਬੜੂ ਸਾਹਿਬ ਨਿਕਲਣਾ ਥੋੜ੍ਹੀ ਦੇਰ ਤੱਕ ਤਿਆਰ ਹੋਣਗੇ ਘਰ ਵਿੱਚ ਘਰ 'ਤੇ ਦੱਸਾਂਗੇ ਤੁਹਾਨੂੰ ਕਿੱਥੇ ਜਾਣਾ ਘਰ ਤੋਂ ਵਾਲਾ ਸਿਸਟਮ ਬੇਟਾ ਕਹਿੰਦੇ ਕਹਿੰਦੇ ਨੇ ਲਿਆਓ ਵੀ ਰੋਟੀ ਅਜੇ ਪਹਿਲਾਂ ਲੰਚ ਕਰੀਏ ਕੜੀ ਚੌਲ ਅਤੇ ਹੋਰ ਕੀ ਕੀ ਬਣਿਆ ਲੰਗਰ ਛਕ ਲਈ ਆ ਜਾਓ ਗਾਈ ਤੁਹਾਨੂੰ ਵੀ ਖਵਾਈਏ ਆਪਾਂ ਲੰਗਰ ਪਾਣੀ ਫਿਰ ਕਰਦੇ ਹਾਂ ਕੁਛ ਹੋਰ ਗੱਲਬਾਤ ਥੋੜ੍ਹੀ ਦੇਰ ਬਾਅਦ ਬ੍ਰੇਕ ਲੈਂਦੇ ਹਾਂ ਜੀ ਤੋ ਜੀ ਹੁਣ ਇਹਨਾਂ ਦਾ ਮੈਚ ਹੋ ਗਿਆ ਸ਼ੁਰੂ ਯੂ ਐਫ ਸੀ ਚੈਂਪੀਅਨਸ਼ਿਪ ਦੋ ਦਿਨ ਤਾਂ ਐਵੇਂ ਚੱਲ ਰਿਹਾ ਕੰਮ ਦੇ ਤੇਰੀ ਬੜੇ ਢੀਠ ਨੇ ਦੋਵੇਂ ਵੀ ਬੜੀ ਇੱਕ ਦੂਜੇ ਨੂੰ ਪੋਤ ਤੇਰੀ ਸਿੱਧੇ ਫਤਿਹ ਲੈ ਸਹਿਜਦਾਰ ਸਹਿਜ ਰਾਈਟ ਹੈਂਡ ਲੱਗਿਆ ਫਤਿਹ ਕੋਲ ਲੈਫਟ ਹੈਂਡ ਵਿਚਾਰੇ ਕੋਲ ਪਰ ਫਿਰ ਵੀ ਕਰੀ ਜਾਂਦਾ ਫਤਿਹ ਤਕੜਾ ਉਹ ਤੇਰੀ ਉਹ ਪਟਕਣ ਦੋਵੇਂ ਦੇ ਉਹ ਮਜ਼ਬੂਤ ਬਣਨਗੇ ਸਗੋਂ ਵਧੀਆ ਗਾਇਸ ਰੇਟ ਕਰੋ ਫਟਾਫਟ ਇਹਨਾਂ ਨੂੰ ਬੋਕਸਰਾਂ ਨੂੰ ਤਗੜੀ ਬੋਕਸਿੰਗ ਚੱਲ ਰਹੀ ਚੈਂਪੀਅਨਸ਼ਿਪ ਹੈ ਤਗੜੀ ਚੈਂਪੀਅਨਸ਼ਿਪ ਹੈ ਫਤਿਹ ਫਤਿਹ ਚੁੱਕ ਲੈ ਉੱਤੇ ਹੀ ਇਹਨੂੰ ਫਤਿਹ ਨਾ ਲੋ ਜੀ ਚੈਂਪੀਅਨਸ਼ਿਪ ਹੁਣ ਇੱਥੇ ਕੈਂਸਲ ਕਰਾਉਂਦੇ ਹਾਂ ਦੋਵਾਂ ਨੂੰ ਬਰਾਬਰ ਬੜੀ ਖਤਰਨਾਕ ਲੜਾਈ ਮੈਂ ਨਜ਼ਾਰਾ ਆ ਗਿਆ ਮੈਂ ਇੰਨੇ ਦੋਵੇਂ ਪੱਕੇ ਨੇ ਨਾ ਰੋਇਆ ਕੋਈ ਨੀ ਸਵੇਰੇ ਕੱਲ ਦੋ ਦਿਨ ਹੋ ਗਏ ਨੇ ਲੜਦੇ ਉਹਨੂੰ ਬੜੀ ਲੜਾਈ ਇਹਨਾਂ ਨੇ ਬਾਈ ਮਾਰ ਮਾਰ ਮੁੱਕੇ ਇੱਕ ਦੂਜੇ ਨੂੰ ਬੁਰਾ ਹਲਕਾ ਕੋਈ ਵੀ ਨੀ ਬਰਾਬਰ ਨੇ ਦੋਵੇਂ ਫਤਿਹ ਨੀ ਵਿਨਰ ਨੀ ਹੈ ਬਰਾਬਰ ਨੇ ਦੋਵੇਂ ਦੁਬਾਰਾ ਬਣੀ ਜਾਏ ਕੋਈ ਗੱਲ ਨੀ ਇੱਕ ਵਾਰੀ ਹੋਰ ਕਰ ਲਓ ਤਸੱਲੀ ਜਿਹਾ ਕਸਰ ਦੇ ਹੈ ਸਹਿਜ ਕਸਰ ਆ ਜਾ ਕਰ ਲਓ ਗਾਈ ਦੇ ਨਾਲ ਇਹਨਾਂ ਬਾਰੇ ਦੋਵਾਂ ਸ਼ਰਾਰਤੀਆਂ ਬਾਰੇ ਕਮੈਂਟ ਕਰਕੇ ਦੱਸੋ ਤੁਹਾਨੂੰ ਖਤਰਨਾਕ ਤੇ ਸ਼ਰਾਰਤੀ ਨੇ ਦੋਵੇਂ ਡੇਂਜਰਸ ਬੰਦੇ ਠੀਕ ਹੈ ਜਦੋਂ ਉਂਝ ਲੜਦੇ ਨੇ ਸਾਡੇ ਐਂਟਰਟੇਨਮੈਂਟ ਕੀ ਹੈ ਲੜਦੇ ਪਏ ਨੇ ਦੋਵੇਂ ਲੜਦੇ ਪਏ ਹੋਏ ਫਤਿਹ ਫਿਰ ਪਾ ਕੇ ਆ ਕੇ ਰੱਖਦੇ ਹੁਣ ਨਾ ਬਸ ਇੰਨਾ ਨੀ ਬੇਟਾ ਵੱਜ ਜਾਂਦੀ ਹੈ ਨੱਕ ਫਿੱਡਾ ਹੋ ਜਾਣਾ ਜੇ ਵੱਜ ਗਈ ਤੇ ਨੱਕ ਅਸੀਂ ਸਾਰੀ ਫੈਮਿਲੀ ਦੀ ਇੱਕ ਪਿੱਕਰ ਲੱਗੇ ਹਾਂ ਜਿਹੜੀ ਵਲੋਗ ਵਿੱਚ ਵੀ ਲਾਵਾਂਗੇ ਅਤੇ ਉੱਦਾਂ ਵੀ ਸੋ ਸਾਰੇ ਰੇੜੀਆਂ ਖੜੇ ਪੋਜ਼ ਵਧੀਆ ਵਧੀਆ ਦੇਣੇ ਨੇ ਅਤੇ ਬੜੂ ਸਾਹਿਬ ਵਾਲੇ ਦੋਵੇਂ ਨੌਜਵਾਨ ਅੱਜ ਬੜੂ ਸਾਹਿਬ ਛੱਡਣ ਚੱਲੇ ਇਹਨਾਂ ਨੂੰ ਅਤੇ ਰੇੜੀ ਨੇ ਖੁਸ਼ ਹੋਣਾ ਬੜੂ ਸਾਹਿਬ ਜਾਣ ਲਈ ਨਹੀਂ ਚੱਲੇ ਹੋਰ ਐਵੇਂ ਕਿਹਾ ਆਪਾਂ ਸੱਚੀ ਜਾਣਾ ਲੈ ਰਹੇ ਹਾਂ ਪਿੱਕ ਹੁਣ ਸੋ ਹੁਣ ਦੀਦੀ ਹਰੀ ਜਾ ਰਹੇ ਨੇ ਅਤੇ ਵਾਹਵਾ ਰੋਣ ਸਾਰੀ ਇਮੋਸ਼ਨਲ ਹੋ ਜਾਂਦੀ ਜਦੋਂ ਧੀਆਂ ਨੇ ਆਪਣੇ ਘਰ ਜਾਣਾ ਹੁੰਦਾ ਇੱਕ ਰਹੀਆਂ ਇੱਕ ਦੋ ਦਿਨ ਨੇ ਪੰਜ ਸੱਤ ਦਿਨ ਰਹਿਣ ਤੇ ਫਿਰ ਕਹਿੰਦੇ ਅਸੀਂ ਦਸ ਦਿਨ ਰਹਿ ਕੇ ਆਏ ਸੀ ਤਾਂ ਭੂਆ ਰਹੀ ਰਹੇ ਕੋਈ ਨਹੀਂ ਚਲੋ ਜੀ ਹੁਣ ਇਹਨਾਂ ਨੂੰ ਵਿਦਾ ਕਰੀਏ ਹੁਣ ਚੱਲੇ ਨੇ ਆਪਣੇ ਘਰ ਸਹਿਜ ਨੂੰ ਖਤਰਾ ਪੂਰਾ ਹੁਣ ਬੜੂ ਸਾਹਿਬ ਜਾਣਾ ਅੱਜ ਇਹਨੇ ਹਾਂ ਜਾਣਾ ਆਪਾਂ ਚੱਲੇ ਇਹਨਾਂ ਨੇ ਸਾਡਾ ਬੜੋ ਦੋ ਤਿੰਨ ਦਿਨ ਬੜਾ ਲਊ ਪੀਤਾ ਤੰਗ ਕਰ ਕਰਕੇ ਅਤੇ ਅਸੀਂ ਵੀ ਇਹਨਾਂ ਦਾ ਤੰਗ ਕਰ ਕਰਕੇ ਬੁਰਾ ਹਾਲ ਕਰ ਦਿੱਤਾ ਦੋਵਾਂ ਨੂੰ ਅਸੀਂ ਤੰਗ ਕੀਤਾ ਵੀ ਅਸੀਂ ਬੜੂ ਸਾਹਿਬ ਛੱਡਣ ਚੱਲਿਆਂ ਦੇ ਰੋ ਕੇ ਬੁਰਾ ਹਾਲ ਕਰਾਇਆ ਇਹਨਾਂ ਦਾ ਓਕੇ ਮੇਰੀ ਭੈਣ ਮਿਲਦੇ ਹਾਂ ਬ੍ਰੇਕ ਇਹਨੂੰ ਵੇਖੋ ਸ਼ਰਾਰਤੀ ਤੱਤਾਂ ਦੇ ਬਿੱਲੀ ਬਿੱਲੀ ਨੂੰ ਵੀ ਨਾਲ ਲਿਆ ਹੈ ਦੀਦੀ ਹਰੀ ਕੋਈ ਘਰ ਫਿਰ ਪਿੱਛੇ ਤੰਗ ਕਰਨਾ ਹੀ ਨੇ ਕੋਈ ਹੈ ਬਾਏ ਟੇਕ ਕੇਅਰ ਧਿਆਨ ਨਾਲ ਜਾਇਆ ਜੀ ਡੋਲੀ ਵਾਲੀ ਕਾਰ ਨੂੰ ਲਾਣਾ
ਪਤੇ ਬੜਾ ਸ਼ਰਾਰਤੀ ਆ ਜਾ ਬੱਚੀ ਚਲ ਆਪਾਂ ਬੜੂ ਸਾਹਿਬ ਚਲੀ ਆ ਫਟਾਫਟ ਵਾਹ ਰੌਣਕ ਲੱਗੀ ਸੀ ਮਜ਼ਾ ਆਇਆ ਬਾਏ ਟੇਕ ਕੇਅਰ ਧਿਆਨ ਨਾਲ ਜਾਇਆ ਜੀ ਚਲੋ ਭੈਣ ਕੋਈ ਨਹੀਂ ਆ ਵੇਖੋ ਸਾਡਾ ਜੀ ਚੁਕਾਕਾ ਕੀ ਕਰਦਾ ਪਾ ਜੀ ਅੱਜ ਬਿਮਾਰ ਹੋ ਗਿਆ ਉੱਲੂ ਦਾ ਪੱਠਾ ਨਹੀਂ ਪਤਾ ਨਹੀਂ ਉਲਟਾ ਸਿੱਧਾ ਖਾ ਲਿਆ ਕੀ ਕੀਤਾ ਢਿੱਲਾ ਜਿਹਾ ਹਾਂ ਕੀ ਗੱਲ ਸੀ ਹਾਂ ਓਏ ਨਹੀਂ ਕੀ ਗੱਲ ਖੋਲਣਾ ਤੈਨੂੰ ਨਹੀਂ ਮੈਂ ਤੈਨੂੰ ਖੋਲਣਾ ਹੋਣਾ ਮੱਖੀਆਂ ਨੇ ਰਹਿਣ ਤੱਕ ਅੰਤ ਨਹੀਂ ਕਰਦਾ ਬੜੂ ਸਾਹਿਬ ਵਾਲੇ ਮੋੜ ਤੇ ਮਿਲਾਂਗੇ ਤੁਹਾਨੂੰ ਅੰਬਾਲੇ ਕੋਲ ਚੱਕ ਲਾਂਗੇ ਤੈਨੂੰ ਬੜਾ ਡਰਿਆ ਵੀ ਸਹਿਲ ਨੂੰ ਇੰਨਾ ਖਤਰਾ ਸੀ ਵੀ ਸੱਚੀ ਬੜੂ ਸਾਹਿਬ ਚੱਲੀ ਹੁਣ ਫਤਿਹ ਫਤਿਹ ਵੇਖੋ ਨੰਗਾ ਹੋ ਰਿਹਾ ਪਿੱਛੋਂ ਮੱਖੀਆਂ ਫੋਨ ਦੇ ਕੈਮਰੇ ਦੀ ਅੰਨੇ ਵਾਹ ਮੱਖੀਆਂ ਅੱਗੇ ਗਿਆ ਚੀਨੀ ਪੀਣੀ ਕੀ ਗੱਲ ਸੀ ਕੀ ਚੱਕਰ ਸੀ ਬੱਚੇ ਫਤਿਹ ਆਰਾਮ ਨਾਲ ਬਹਿ ਜਾ ਹੁਣ ਤੈਨੂੰ ਕੋਪ ਦਵਾਵਾਂਗੇ ਚਲੋ ਅੰਦਰ